ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਇੰਡੀਆ ਦੇ ਚੋਟੀ ਦੇ ਅਮੀਰਾਂ ਚੋਂ ਸ਼ਾਮਲ ਗੌਤਮ ਅਡਾਨੀ ਬਾਰੇ ਆਈ ਇਹ ਵੱਡੀ ਖਬਰ ਹਰ ਕੋਈ ਰਹਿ ਗਿਆ ਹੈਰਾਨ ਵੀਡੀਓ ਨੂੰ ਅੰਤ ਤੱਕ ਦੇਖਿਓ ਦੋਸਤੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਵੇਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦਰਅਸਲ ਦੁਨੀਆ ਦੇ ਅਮੀਰ ਲੋਕਾਂ ਦੀ ਲਿਸਟ ਦੇ ਵਿੱਚ ਗੌਤਮ ਅਡਾਨੀ ਦਾ ਸ਼ਾਮਲ ਕੁਝ ਦਿਨ ਪਹਿਲਾਂ ਹੀ ਸ਼ਾਮਲ ਕੀਤਾ ਗਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਗੌਤਮ ਅਡਾਨੀ ਦੀ ਜਾਇਦਾਦ ਲਗਾਤਾਰ ਵਧਣ ਨਾਲ ਉਹਨਾਂ ਦਾ ਨਾਮ ਸ਼ਾਮਲ ਕੀਤਾ ਗਿਆ ਸਬੰਧੀ ਜਾਣਕਾਰੀ ਬਲਮ ਬਰਗਰਾਹ ਹੀ ਮਿਲੀ ਹੈ ਗੌਤਮ ਅਡਾਨੀ ਦੀ ਮੌਜੂਦਾ ਜਾਇਦਾਦ 77 ਬਿਲੀਅਨ ਡਾਲਰ ਭਾਵ ਕੇ ਇੰਡੀਅਨ ਕਰੰਸੀ ਦੇ ਅਨੁਸਾਰ 500 5.62 ਲੱਖ ਕਰੋੜ ਰੁਪਏ ਦੀ ਜਾਇਦਾਦ ਦੱਸੀ ਗਈ ਆ। ਇਹੀ ਜਾਇਦਾਦ ਪਿਛਲੇ ਸਾਲ 43 ਬਿਲੀਅਨ ਸੀ ਯਾਨੀ ਕਿ 3.15 ਲੱਖ ਕਰੋੜ ਸੀ ਸੋ ਲਗਾਤਾਰ ਇੱਕ ਸਾਲ ਦੇ ਵਿੱਚ 43 ਤੋਂ 77 ਦਾ ਅੰਕੜਾ ਅਡਾਨੀ ਹੋਰਾਂ ਨੇ ਪੂਰਾ ਕੀਤਾ ਕਿਸ ਤਰ੍ਹਾਂ ਪੂਰਾ ਕੀਤਾ ਕਿਸ ਦੀ ਸ਼ਹਿਤ ਤੇ ਪੂਰਾ ਕੀਤਾ ਕਿਸ ਦੀ ਸਪੋਰਟ ਨਾਲ ਪੂਰਾ ਕੀਤਾ ਦੋਸਤੋ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਉਸ ਇਨਸਾਨ ਦਾ ਉਸ ਬੰਦੇ ਦਾ ਉਸ ਸ਼ਖਸ ਦਾ ਨਾਮ ਜ਼ਰੂਰ ਲਿਖੋ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਉਹਨਾਂ ਦੀ ਜਾਇਦਾਦ ਦੇ ਵਿੱਚ ਵਾਧਾ ਕੰਪਨੀਆਂ ਦੇ ਸ਼ੇਰਾਂ ਵਿੱਚ ਲਗਾਤਾਰ ਹੋਏ ਵਾਧੇ ਕਾਰਨ ਹੋਇਆ ਹੈ ਦੱਸਦੀਏ ਕੰਪਨੀ ਦੀ ਅਡਾਨੀ ਟੋਟਲ ਗੈਸ ਵਿੱਚ 33.330 ਫੀਸਦੀ ਦਾ ਵਾਧਾ ਹੋਇਆ ਹੈ ਇਸ ਤੋਂ ਇਲਾਵਾ 235 ਫੀਸਦੀ ਵਾਧਾ ਅਡਾਨੀ ਐਂਟਰਪ੍ਰਾਈਜ਼ਸ ਦੇ ਸ਼ੇਰਾਂ ਵਿੱਚ ਹੋਇਆ ਹੈ ਦੱਸਦੀਏ ਇਹ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਸ਼ੇਰਾਂ ਦੇ ਵਿੱਚ ਹੋਰ ਵਾਧਾ ਹੋ ਸਕਦਾ ਜਿਸ ਦੇ ਨਾਲ ਉਹਨਾਂ ਦੀ ਕਮਾਈ ਦੇ ਵਿੱਚ ਵਾਧਾ ਦਰਜ ਕੀਤਾ ਜਾਵੇਗਾ ਸੋ ਵੱਡੀ ਖਬਰ ਦੋਸਤੋ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਆ ਗੌਤਮ ਅਡਾਨੀ ਨੂੰ ਲੈ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹੋਰ ਲੋਕਾਂ ਨੂੰ ਵੀ ਪਤਾ ਲੱਗੇ ਕਿ ਕਿਸ ਤਰ੍ਹਾਂ ਮਿੰਟੋ ਮਿੰਟ ਗੌਤਮ ਅਡਾਨੀ ਦੀ ਕਮਾਈ ਆ ਆਮਦਨ ਆ ਰਾਤੋਂ ਰਾਤ ਵਧਦੀ ਜਾ ਰਹੀ ਆ ਕਿਸ ਤਰ੍ਹਾਂ ਵਧਦੀ ਜਾ ਰਹੀ ਆ ਤੁਸੀਂ ਕਮੈਂਟ ਸੈਕਸ਼ਨ ਚੋਂ ਆਪਣੇ ਕੀਮਤੀ ਵਿਚਾਰ ਰੱਖ ਸਕਦੇ ਹੋ